ਚੰਬਲ ਕੱਪੜੇ ਧੋਣ ਵਾਲਾ ਸਾਬਣ ਲੈ ਕੇ ਦਿਹਾੜੀ 'ਚ 3 ਵਾਰੀ ਧੱਦਰ ਚੰਬਲ ਇੰਝ ਧੋ ਕੇ ਖੁਸ਼ਕ ਕਰੋ, ਉੱਤੇ ਤੇਲ ਚੋਪੜੋ, ਧੱਦਰ ਚੰਬਲ ਦੀਆਂ ਜੜ੍ਹਾਂ ਬਾਹਰ ਕੱਢ ਲਏ, ਕੰਡੇ ਬਾਹਰ ਕੱਢ ਲਏ। ਚੌਥਾ ਫਾਇਦਾ, ਅਗਰ ਔਰਤ ਜਾਂ ਮਰਦ ਚਿਹਰੇ ਦੁੱਧ ਨੂੰ ਸੌਣ ਲੱਗਿਆਂ 4-4 ਕਰੀਮਾਂ ਅਤੇ ਲੋਸ਼ਨ ਦਾ ਲਾਉਣ ਦੀ ਲੋੜ ਨਹੀਂ, ਇਹਨੂੰ ਇੰਝ ਰਾਤ ਨੂੰ ਸੌਣ ਲੱਗਿਆਂ ਚਿਹਰੇ 'ਤੇ ਮਾਲ, ਸੁਬਹ ਉੱਠ ਅੱਛੇ ਸਾਬਣ ਨਾਲ ਚਿਹਰਾ ਧੋ, ਇਹ ਚਿਹਰੇ ਦੀਆਂ ਕੇਲ ਸਿਆਈਆਂ ਦਾਗ ਉੜਾ ਦੇਵੇ, ਚਿਹਰਾ ਗੁਲਾਬ ਦੇ ਫੁੱਲ ਦੀ ਤਰ੍ਹਾਂ ਸਾਫ਼ ਕਰੇ। 5ਵਾਂ ਫਾਇਦਾ, ਜਿਹੜਾ ਬੰਦਾ ਕਹਿੰਦਾ ਭਾਗ ਫੁਰਕ ਪੈ ਗਈ ਹੈ, ਇਹ ਹੱਥਾਂ ਤੋਂ ਸ਼ੁਰੂ ਹੁੰਦੀ, ਚੱਡਿਆਂ 'ਚ ਜਾ ਵੜਿਪ ਦਿੰਦਾ। 2 ਕਤਰੇ ਅਤੇ 2 ਸਰੋਂ ਦਾ ਤੇਲ ਲਵੋ, ਚਮਚੀ 'ਚ ਮਿਕਸ ਕਰੋ, 2 ਕੰਨ ਸਾਫ਼ ਕਰਕੇ ਕੰਨ 'ਚ ਪਾਓ, 2 ਵਾਰ ਅਗਾਂ ਨੂੰ ਲਾਓ, ਕੰਨ ਵਗਦਾ ਬੰਦ। ਲਾਉਣਾ ਸਾਰੇ ਬੰਦੇ ਛੋਟਾ ਜਿਹੜਾ ਵਾਅਦਾ ਕੀਤਾ ਭਾਈ ਜਾਨ, 2 ਵੀ ਉਂਗਲਾਂ 'ਚ ਕਰੇ ਯਾਰ, ਇਹ ਬੰਦਾ ਮੇਰੇ ਨਾਲ ਦਾ ਨਹੀਂ, ਮੈਂ ਸਿਰਫ ਇੱਕ ਤਜਰਬਾ ਤੁਹਾਨੂੰ ਵਹਾਉਣਾ ਇਸ ਤੇਲ ਦਾ। ਹਾਲਾਂਕਿ ਘੰਟਾ ਹੋ ਗਿਆ ਬੋਲੋ ਤੇਲ ਲਾਇਆ, ਤੇ ਹੁਣ ਮੈਂ ਉਹਦੇ ਕੰਨ 'ਚ ਤਾਂ ਨਹੀਂ ਸਹਾਇਆ 80ਆਂ ਦੇ ਬਜਾਏ 90ਆਂ ਦੇ, ਇਹ 2 ਬੋਤਲਾਂ 8 ਦਿਨ ਕੋਰਸ ਮੁਕੰਮਲ ਜਾਏਗਾ, ਅਤੇ ਜਿਹਦੀ ਕੀਮਤ ਨਹੀਂ, ਸਿਰਫ ਬਣਾਉਣ ਦਾ ਇਨਾਮ ਹੈ। ਹੁਣ ਸਭ ਹੋਇਆ ਜੇ ਮੁਸਲਮਾਨ, ਇਹ ਨਾਗ ਦੀ ਚਰਬੀ, ਸਾਂਡੇ ਦੀ ਚਰਬੀ ਅਤੇ 14 ਬੂਟੀਆਂ, ਕੋਈ ਵੀ ਬੰਦਾ ਇੰਨੇ ਦੀਆਂ ਲਿਆ ਦੇ, ਜਿੰਨੀ ਮੈਂ ਕੀਮਤ ਦੱਸਣ ਲੱਗਾ ਤਾਂ ਮੈਂ ਵਾਲਦ ਮੰਨਾਂਗਾ, ਅਤੇ ਜੇ ਲੈਣਾ ਚਾਹੋ ਤਾਂ ਫਿਰ ਸਾਰੀ ਕੀਮਤ ਛੱਡ ਕੇ ਲਓ, ਬਜਾਏ ਇੱਧਰ ਤਵੱਜੋ ਕਰਿਆ ਜੀ 80-90ਆਂ ਦੇ। ਆਹ ਇੱਕ ਬੋਤਲ ਦੀ ਕੀਮਤ ਸਿਰਫ 1 50 ਰੁਪਏ, ਲਓ ਜੀ 50 ਰੁਪਏ, ਕਿਉਂਕਿ ਮਦਾਰੀਆਂ ਦੇ ਹੱਥ ਦਾ ਰੋਗਨ ਨਹੀਂ, ਇਹ ਬਾਵੇ ਹੋਰਾਂ ਦੀ ਜ਼ਿੰਦਗੀ ਦਾ ਨਿਚੋੜ ਹੈ। 50 ਰੁਪਏ, ਆਹ 2 ਬੋਤਲਾਂ ਦੀ ਕੀਮਤ 100 ਰੁਪਏ ਹੈ, ਮਗਰ ਜਿਹੜਾ ਬੰਦਾ 100 ਰੁਪਏ ਹੋਰ ਕੋ ਦੋਸਤ ਅਜੀਜ਼ ਰਹਿ ਗਿਆ ਤੇ ਜਿਲੋ 3 ਬੋਤਲਾਂ 100 ਦੀਆਂ ਅੱਜ ਕਰ ਦਿੱਤੀਆਂ। ਤੂੰ ਕਲਮਾ ਪੜੀ ਜਾ, ਬੋਲ ਤੇ ਛੱਡ, ਮੈਂ ਕਿਹਾ ਇੱਥੇ ਆ, ਉਹ ਦਾੜ ਦੇ ਨਾਲ ਉਹ ਲਾਈਓ, ਤੂੰ ਦਰਦ ਬੰਦ ਹੋ ਗਈ, ਉੱਥੋਂ ਉੱਠ ਕੇ ਮੈਨੂੰ ਜੱਫੀ ਪਾ ਕੇ ਕਹਿੰਦਾ ਚਾਚਾ ਮੈਂ ਮੰਨ ਗਿਆ, ਤੂੰ ਬੰਦਾ ਤਬੀਬ ਹੈ, ਠੱਗ ਨਹੀਂ, ਇਹ ਤੇਰੀ ਦਵਾਈ ਨੇ ਮੇਰੀ ਦਰਦ ਰੋਕ ਲਈ, ਤੂੰ ਬਗਾ ਅੜ ਕੇ ਰੇਸ਼ਾ ਬਣਦੀ ਹੈ, ਰੇਸ਼ੇ 'ਚ ਕੀੜਾ ਲੱਗਦਾ, ਛੋੜਾ ਪੈ ਗਈ, ਜਾਂਦਾ ਮਸੂਲੇ ਦਰਦ ਕਰਦੇ ਨੇ, ਲਓ ਇਹ ਰੱਸੀ ਖੋਲੀਏ, ਇਹ ਛੋਟਾ ਸੱਪ ਵੇਖ ਲਓ ਜਿਹੜਾ ਪੈਰਾਂ 'ਚ ਲੰਘੀਆਂ, ਪਤਾ ਨਹੀਂ ਲੱਗਦਾ ਕੋਈ ਫਰਕ ਪੈ, ਅਗਰ ਤੁਹਾਡੇ 'ਚ ਕਿਸੇ ਬੰਦੇ ਦੇ ਦੰਦ 'ਚ ਦਰਦ ਹੈ ਉਹਨੂੰ, ਇਹ ਨਿੱਕਾ ਹੈ, ਇਹ ਦੰਦ ਕਿੰਨਾ ਵੀ ਗੰਦਾ ਹੈ, ਇਹਨਾਂ ਨੂੰ ਮਿਲਾਉਣਾ ਚਾਹੁੰਦਾ, ਉਹ ਇਸ ਟਾਈਮ ਕੀਮਤ ਬਜਾਏ 55 ਦੇ, ਲਓ ਇਹਦੀ ਕੀਮਤ ਸਿਰਫ 30 ਰੁਪਏ, ਸਿਰਫ 30 ਰੁਪਏ, 50 ਰੁਪਏ, ਦੰਦ ਸਾਫ਼ ਕਰਨ ਵਾਲੀ ਦਵਾਈ ਹੈ, ਮੇਰੀ ਉਮਰ ਦਾ ਮਿੰਟਾਂ ਚ ਇਹਦਾ ਸੈਰ ਚੜ ਜਾਂਦਾ, ਜਿਹੜਾ ਬੰਦਾ ਸਰਕਾਰ ਦੇ ਲੰਗਰ ਚ ਸਭ ਪਾ ਦਿੰਦਾ, ਉਹਦੇ ਸਭ ਉਹ ਪਿਆਰ ਲਓ ਜੀ, ਅਗਰ ਕਿਸੇ ਬੰਦੇ ਨੂੰ ਤਕਲੀਫ ਹੈ ਤਾਂ ਦੂਜੇ ਪੀਰ ਦੇ ਲੰਗਰ ਦਾ ਹਿੱਸਾ 5-10 ਰੁਪਏ ਦਿਓ, ਇਹ ਜ਼ਾਲਮ ਕਦੇ ਕੁਛ ਨਹੀਂ ਕਹਿ ਰਹੀ, ਘਰ ਮਕਾਨ 'ਚ ਨਹੀਂ ਨਿਕਲਦੀ। ਹੈਲੋ, ਹਾਂਜੀ, ਅਸਲਾਮ ਵਾਲੇਕੁਮ, ਹਾਂਜੀ, ਮੁਸਲਮ ਭਾਈ ਚਲਾ ਗਿਆ, ਹਾਂਜੀ ਹਾਂਜੀ, ਨਹੀਂ ਅਮਰ ਵਾਲੇ ਨੇ ਬੰਦੇ ਕਾਲ ਕਰਕੇ ਕਹਿ ਦਾਂ, ਮਹੱਲੇ ਦੀਆਂ ਕੁੜੀਆਂ ਕਹਿੰਦੀਆਂ ਨੇ ਸੋਹਣੀਆਂ ਅੱਖਾਂ ਵਾਲਿਆ,
ਮੈਂ ਰਹਿ ਗਈ ਤੇਰੀ ਪਹਿਲਾਂ ਖੜਾ ਉਸ ਟਾਈਮ ਇਹ ਸੱਤ ਖੋਲਣ ਤੋਂ ਪਹਿਲੇ ਮੈਂ ਇੱਕ ਆਵਾਜ਼ ਦਿਆਂਗਾ ਅਗਰ ਇਹ ਸੱਤ ਮੈਂ ਖੜਾ ਕਰ ਦਿੱਤਾ ਕਿਸੇ ਨੇ ਕਿਹਾ ਦਾਦਾ ਹੁਣ ਦੱਬੀ ਦੇ ਉਹ ਕੁੱਤੇ ਦਾ ਬੱਚਾ ਜਿਹੜਾ ਪੰਜ ਸਾਉਂਦੀ ਹੈ ਇੱਕ ਦੱਬੀ ਵੀ ਪੰਜ ਸਾਉਂਦੀ ਨਹੀਂ ਦਿਆਂਗਾ ਉਸ ਟਾਈਮ ਮੈਂ ਤੋਂ ਮੰਗਣਾ ਹੁੰਦਾ ਇਹਨੂੰ ਖਾਓ ਫਿਰ ਬਣ ਜਾ ਇਹ ਜੇ ਨਾ ਜਿਹੜਾ ਬੰਦਾ ਬਣਦਾ ਅੱਗੇ ਨਹੀਂ ਆਉਣਾ ਤੁਹਾਡੀ ਮਿਹਰਬਾਨੀ ਹੈ ਕਿਉਂਕਿ ਇਹ ਖੜਾ ਹੋਇਆ ਸਾਰਿਆਂ ਨੂੰ ਨਜ਼ਰ ਆਏਗਾ ਆ ਕਈ ਬੰਦੇ ਮੈਂ ਕੀਮਤ ਦੱਸਣਾ ਬੂੰਦ ਵਹਾ ਕੇ ਨੱਸ ਪੈਂਦੇ ਦੇਵੇ ਮੈਂ ਬਾਲਕ ਕਮਾਂਗਾ ਇਸ ਟਾਈਮ ਲੈਣਾ ਚਾਹੂੰ ਕੀਮਤ ਨਹੀਂ ਕੀਮਤ ਛੱਡ ਦਿੱਤੀ ਮੁਹੰਮਦ ਦੇ ਸਦਕੇ ਇਸਦੇ ਨੌਜਵਾਨਾਂ ਦੀ ਖਿਦਮਤ ਕਰਨ ਵਾਸਤੇ ਔਰ ਤੁਹਾਡੀ ਦੁਆ ਲੈਣ ਵਾਸਤੇ ਉੱਥੇ ਜਾਣਾ ਅੱਗੇ ਨਹੀਂ ਆਉਣਾ ਮੈਂ ਨੌਕਰ ਹਾਂ ਉੱਥੇ ਗਿਆ ਦੇਖੋ ਮੈਂ ਕੀਮਤ ਨੀ ਦੱਸੀ ਬੰਦੇ ਨੇ ਡੱਬੀਆਂ ਮੰਗੀਆਂ ਕਈਆਂ ਨੇ ਮੂੰਹ ਵੇਖਣਾ ਇੱਕ ਦੂਏ ਦਾ ਕਿਹੜਾ ਕਿਹੜਾ ਬੰਦਾ ਜੇਬ ਚ ਹੱਥ ਪਾਏਗਾ ਤਾਂ ਦਾਂਗਾ ਯਾਦ ਰੱਖੋ ਮੈਂ ਕਦੀ ਬਾਹਰ 86 ਸਾਲ ਦੀ ਉਮਰ ਹੈ ਕੋਈ ਕੁੱਤੇ ਦਾ ਬੱਚਾ ਮੇਰੇ ਨਾਲ ਦਲਾਲ ਨਹੀਂ ਜਿਹਨੇ ਗਵੈਸ ਕਹਿ ਮੈਂ ਇੱਕ ਡੱਬੀ ਉੱਤੇ ਬਜਾਏ 150 ਦੇ ਬਜਾਏ 200 ਦੇ ਜਿਹੜੇ ਕਲਮਾ ਮੁਹੰਮਦ ਮੁਸਤਫਾ ਦਾ ਪੜ੍ਹਦੇ ਹੋ ਉਹਨਾਂ ਤੱਕ ਪਹੁੰਚਾਉਣ ਵਾਸਤੇ ਪੁੱਤਰ ਉੱਥੇ ਹੀ ਰਹਿਣਾ ਮੇਰਾ ਬੇਟਾ ਮੈਂ ਉੱਥੇ ਹੀ ਪਹੁੰਚਾਉਂਗਾ ਇਸ ਟਾਈਮ ਆ ਇੱਕ ਡੱਬੀ ਦੀ ਕੀਮਤ ਸਿਰਫ 100 ਰੁਪਏ ਬੜੀ ਮਿਹਰਬਾਨੀ ਜਨਾਬ ਮੈਂ 50 ਰੁਪਏ ਪਾਕ ਮੁਹੰਮਦ ਦੇ ਸਥੂਲ ਨਜ਼ਰ ਆ ਕੇ ਉਡਾਉਂ ਇੱਧਰ ਦੇ ਸਾਰੇ ਬੰਦੇ ਥੋੜੇ ਥੋੜੇ ਅੱਗੇ ਆਉਂਦੇ ਨੇੜੇ ਆ ਜਾਓ ਨਾਲੇ ਮੈਂ ਸੱਤ ਦੀ ਸਲਾਮੀ ਵਹਾ ਦੇ ਕਿਉਂਕਿ ਸਾਰੇ ਬੰਦੇ ਅੱਗੇ ਆ ਜਾਓ ਪਾਣੀ ਬਦਲ ਇਹਦੇ ਖਾਣ ਦੀ ਤਰਕੀਬ ਸੁਣ ਲਓ ਤਰੀਕਾ ਨਮਾਜ਼ੀ ਬੰਦੇ ਸੁਣੋ ਜਿਹੜੇ ਕਹਿੰਦੇ ਨੇ ਸਹੀ ਦਰ ਕੂਦ ਜਾਂਦੇ ਆ ਇਹ ਕਤਰੇ ਪਿਸ਼ਾਬ ਦੇ ਡਿੱਗਦੇ ਨੇ ਪਿਸ਼ਾਬ ਦੇ ਪਹਿਲਾਂ ਜਾਂ ਬਾਅਦ ਚ ਇਹ ਕਤਰੇ ਆਉਣ ਵਾਲਾ ਪੱਠੇ ਕਮਜ਼ੋਰ ਇਹਨੂੰ 2 ਟਾਈਮ ਇਸਤੇਮਾਲ ਕਰੇ ਇਹ ਗੋਲੀ ਸੁਭਾਏ ਸ਼ਾਮ ਜਿਹੜਾ ਬੰਦਾ ਕਹਿੰਦਾ ਪੇਟ ਚ ਗੈਸ ਹੈ ਕਬਜ਼ ਹੈ ਇਹ ਛਾਤੀ ਤੇ ਰੇਸ਼ਾ ਹੈ ਉਹ ਇਹਨੂੰ ਨੀਮ ਗਰਮ ਪਾਣੀ ਨਾਲ ਖਾਓ 2 ਗੋਲੀਆਂ ਸਵੇਰੇ ਖੋਲ ਕੇ ਬਹਾਨਾ ਆਏਗਾ ਇਹ ਮੇਦੇ ਦੀਆਂ ਨਾਲੀਆਂ ਸਾਫ਼ ਹੋਣ ਗਈਆਂ ਫਿਰ ਇੱਕ ਗੋਲੀ ਸੁਬਾਹ ਇੱਕ ਸ਼ਾਮ ਖਾਣਾ ਸੁਬਾਹ ਪਾਣੀ ਨਾਲ ਖਾਣਾ ਰਾਤੀ ਦੁੱਧ ਕਾੜ ਕੇ ਠੰਡਾ ਕਰੋ ਰਾਤ ਨੂੰ ਠੰਡੇ ਦੁੱਧ ਨਾਲ ਖਾਓ ਮਗਰ ਨਿਰਲੇ ਪੇਟ ਦਵਾ ਨਹੀਂ ਖਾਣੀ ਇਹ ਜ਼ਿਹਨ ਚ ਰੱਖਣਾ ਖਾਲੀ ਪੇਟ ਨਹੀਂ ਖਾਣੀ ਇਹ ਸੁਣਨਾ ਸਭ ਕਿਉਂਕਿ ਖਾਓ ਦਵਾਈ ਤੇ ਇੱਕ ਪਰਹੇਜ਼ ਅਗਰ ਪਰਹੇਜ਼ ਨਹੀਂ ਤਾਂ ਫਿਰ ਫਾਇਦਾ ਨਹੀਂ ਪਰਹੇਜ਼ ਵੀ ਇਹਦਾ ਜ਼ਰੂਰੀ ਹੈ ਇਹ ਸੁਣ ਲਓ ਤੇ ਖਾਣ ਦਾ ਤਰੀਕਾ ਵੀ ਸੁਣ ਲਓ ਇੱਥੇ ਖਲੋ ਕੇ ਬੰਦਿਆਂ ਨੂੰ ਤਰੀਕਾ ਖਾਣ ਦਾ ਦੱਸੋ ਤੇ ਫਿਰ ਮੈਂ ਪਰਹੇਜ਼ ਦੱਸਾਂ ਸਭ ਜਵਾਨਾਂ ਨੂੰ ਮੁੱਕ ਜਾਂਦੀ ਜੇ ਨਾ ਤੇ ਬੰਦਾ ਇੰਜ ਮੁੱਕ ਜਾਂਦਾ ਜਿਵੇਂ ਲੱਕੜੀ ਨੂੰ ਕੀੜਾ ਖਾ ਜਾਂਦਾ ਐਸੇ ਬੰਦੇ ਨੂੰ ਰਾਤ ਨੂੰ ਦੁੱਧ ਨਾਲ ਸੁਬਾਹ ਪਾਣੀ ਨਾਲ ਖਾਓ ਇੱਕ ਬੂਜ਼ੂ ਕਰੋ ਤੇ 5 ਨਮਾਜ਼ਾਂ ਪੜ੍ਹੋ ਤੇ ਪਾਕ ਰਹਿਣਾ ਵੀ ਬੋਲੋ ਇਬਾਦਤ ਪਾਕ ਰਹਿਣਾ ਵੀ ਇਬਾਦਤ ਹੈ ਤੀਸਰਾ ਹਾਂਜੀ ਤੀਸਰਾ ਫਾਇਦਾ ਮੈਂ ਤੁਹਾਡੇ ਨਾਲ ਕੁਝ ਕਹਾਣੀ ਕਾ ਦੱਸਣਾ ਮੈਂ ਜਲਦੀ ਕਿ ਹਰ ਬੰਦੇ ਨੂੰ ਸਮਝ ਆ ਜਾਏ ਤੀਸਰਾ ਫਾਇਦਾ ਜਿਹੜਾ ਬੰਦਾ ਕਹਿੰਦਾ ਯਾਰ ਘਰ ਦੇ ਵਿੱਚ ਬੁੱਢੀ ਮਾਂ ਹੈ ਬੁੱਢਾ ਬਾਲਕ ਹਾਈ ਕਰਕੇ ਬਹਿੰਦੇ ਨੇ ਹਾਈ ਕਰਕੇ ਉੱਠਦੇ ਨੇ ਸ਼ੂਗਰ 400 ਤੋਂ ਉੱਤੇ ਟੁੱਟ ਗਈ ਹੈ ਇਨਸੁਲਿਨ ਟੀਕਾ ਲਵਾਉਣਾ ਪੈਂਦਾ ਇਹਨੂੰ ਸਿਰਫ ਪਾਣੀ ਨਾਲ ਦਿਓ ਬਜ਼ੁਰਗਾਂ ਨੂੰ ਪਾਣੀ ਨਾਲ ਅਗਰ ਬਜ਼ੁਰਗ ਨਮਾਜ਼ ਪੜ੍ਹ ਕੇ ਦੁਆ ਕਰਨ ਤਾਂ ਫਿਰ ਸਮਝ ਲਿਆ ਜੇ ਦੁਨੀਆਂ ਤੇ ਜੰਨਤ ਦਾ ਸੌਦਾ ਜਿਹਦੇ ਤੇ ਮਾਂ ਤੇ ਬਾਪ ਰਾਜ਼ੀ ਹੈ ਬੋਲੋ ਤਾਂ ਰੱਬ ਵੀ ਲੈਣ ਵਾਲੇ ਭਰਾ ਦੁਆ ਲੈ ਬੈਠੇ ਨੇ ਯਾਸ਼ੀ ਵਾਸਤੇ ਦਵਾਈ ਨਹੀਂ ਬਦਮਾਸ਼ੀ ਵਾਸਤੇ ਨਹੀਂ ਤੁਹਾਨੂੰ ਫਾਇਦਾ ਨਾ ਨਾ ਦੇਵੇ ਇੱਧਰ ਵੇਖੋ ਦਵਾਈ ਤੁਹਾਨੂੰ ਫਾਇਦਾ ਨਹੀਂ ਦੇਦੀ ਤਾਂ ਦੂਰ ਇੱਧਰ ਤਵੱਜੋ ਕਰੋ ਅਸੀਂ ਦੂਰੋਂ ਨਹੀਂ ਆਏ ਇਹ ਨਾਲ ਲੱਗੇ ਆ ਡਸਟਾਪ ਇੱਥੇ ਆਪੂ ਕਿਹੜਾ ਨਾਲ ਇਹਦੇ ਅੱਗੇ ਭੀੜ ਆ ਭੀੜ ਦੇ ਅੱਗੇ ਆ ਡਸਟਾਪ ਹੈ ਉੱਥੇ ਆ ਕੇ ਖਾਲੀ ਡੱਬੀ ਵਿਖਾਇਆ ਜੇ ਤਾਂ ਕਿਹਾ ਜੇ ਦਵਾਈ ਨੇ ਫਾਇਦਾ ਨਹੀਂ ਦਿੱਤਾ ਮੱਥੇ ਤੇ ਵੱਟ ਨਹੀਂ ਪਾਵਾਂਗੇ ਅਗਰ ਅੱਛੀ ਮਾਂ ਦਾ ਦੁੱਧ ਪੀਤਾ ਤਾਂ ਪੈਸੇ ਦੇ ਕੇ ਤੋਰ ਇਹ ਨਾ ਖਾਇਆ ਜੇ ਹੋਰ ਸਭ ਕੁਝ ਖਾਓ ਜੋ ਅੱਲਾ ਦੀਆਂ ਨਿਆਮਤਾਂ ਨੇ ਉਹ ਖਾਓ ਕਿਉਂਕਿ ਅੱਲਾ ਕੁਰਾਨ ਮਜੀਦ ਚ ਫਰਮਾਉਂਦਾ ਮੇਰੀ ਕੌਣ ਕੌਣ ਸੀ ਨਿਆਮਤੋਂ ਕੋ ਜੁਟਲਾਓ ਇਹ ਸਭ ਨਿਆਮਤਾਂ ਬੰਦੇ ਵਾਸਤੇ ਨੇ ਇਹ ਦਾਤਰੀ ਮੇਰੇ ਹੱਥ ਤੇ ਨਹੀਂ ਖਾਣੀ ਇਹ ਗੋਲ ਗੱਪੇ ਵਾਲੀਆਂ ਰੇਹੜੀਆਂ ਤੇ ਬੰਦੇ ਬੜਾ ਖਾਂਦੇ ਨੇ ਲੇਕਿਨ ਇਹ ਖੂਨ ਸਾੜ ਦਿੰਦੀ ਆ ਵੇਖਣਾ ਇਹ ਗਲਾਸ ਅੰਦਰ ਖੂਨ ਦੀ ਤਸਵੀਰ ਹੈ ਇਹ ਡਾਕਟਰੀ ਦਾ ਕੰਮ ਹੈ ਖੂਨ ਚੜਾ ਦੇਣਾ ਔਰ ਬੰਦਾ ਦਿਲ ਦਾ ਮਰੀਜ਼ ਹੋ ਜਾਂਦਾ ਔਰ ਜਿਹੜੇ ਬੰਦੇ ਦਾ ਖੂਨ ਅੰਜਦਾ ਹੋਵੇ ਫਿੰਸੀਆਂ ਫੋੜੇ ਤੱਦਰ ਚੰਬਲ ਖਾਰਿਸ਼ ਦਾ ਮਰੀਜ਼ ਹੋ ਜਾਂਦਾ ਐਸੇ ਬੰਦੇ ਨੂੰ ਲੜਾਈ ਸਿਆਲਕੋਟ ਲੱਗੀ ਹੋਵੇ ਲੱਤਾਂ ਮੰਡੀ 'ਚ ਕੰਬਦੀਆਂ ਆ ਕਈ ਕਹਿੰਦੇ ਨੇ ਮਾਜਿਆ ਪੱਛ ਲਓ ਆ ਗਾਮੇ ਨਾਈ ਕੋਲੋਂ ਤੇਰਾ ਲਹੂ ਖਰਾਬ ਹੋ ਗਿਆ ਉਹਨੇ ਪੱਛ ਲਵਾਇਆ ਇੰਨਾ ਕੱਢ ਛੱਡਿਆ ਜਦੋਂ ਮਰਨ ਲੱਗਾ ਕਿ ਇਹਨੂੰ ਹੌਸਪੀਟਲ ਪਹੁੰਚਾਓ
ਉਹਨਾਂ ਨੇ 500 ਰੁਪਏ ਦੀਆਂ ਬੋਤਲਾਂ ਲਾਈਆਂ ਤੇ ਬੋਤਲ ਚ ਕੀ ਹੈ ਪਾਣੀ, ਪਾਣੀ ਅੰਦਰ ਆਵੇ ਲਹੂ ਨਹੀਂ ਬਦਲਦਾ, ਇਹ ਵੇਖਣਾ ਪਾਣੀ ਦਾ ਰੰਗ ਬਦਲਦਾ। ਆਵਾਜ਼ ਦੇਣਾ ਜੀ ਮੈਂ ਪਾਣੀ ਪਾਇਆ ਬਦਲਿਆ ਨਹੀਂ ਬਦਲਿਆ। ਫਿਰ ਇਹ ਗੋਲੀਆਂ ਨੇ ਜਿਹਨਾਂ ਤੇ ਸੋਨੇ ਦਾ ਵਰਕ ਲੱਗਿਆ, ਖਾਣ ਵਾਲੇ ਨੂੰ ਅਟੈਕ ਨਹੀਂ ਹੁੰਦਾ, ਖਾਣੇ ਚ ਨਹੀਂ ਗਿਰਦਾ, ਮਗਰ ਮੁਸਲਮਾਨਾਂ ਨੂੰ ਸੋਨਾ ਖਵਾਇਆ ਹੀ ਨਹੀਂ ਗਿਆ। ਇਸ ਵਾਸਤੇ ਬੰਦੇ ਦਿਲਾਂ ਦੇ ਮਰੀਜ਼ ਬਣ ਗਏ ਤੇ ਸਕਦੇ ਆ ਕਿ ਪਾਣੀ ਦੁਬਾਰਾ ਆਪਣੀ ਹਾਲਤ 'ਚ ਆ ਜਾਏ, ਉਸ ਰੰਗ 'ਚ ਆ ਜਾਏ, ਗੋਲੀ ਇਹਨੂੰ ਸਾਫ਼ ਕਰੇ। ਬੋਲੋ ਇਹਦੇ 'ਚ ਤਾਕਤ ਹੈ ਨਾ। ਕੱਲ ਇੱਕ ਮੁੰਡਾ ਕਹਿੰਦਾ ਚਾਚਾ ਇਹਦੇ 'ਚ ਲਾਲ ਰੰਗ ਹੈ। ਮੈਂ ਕਿਹਾ ਤੈਨੂੰ ਕਿਵੇਂ ਪਤਾ ਹੈ? ਕਹਿੰਦਾ ਜੀ ਉੱਤੇ ਤੇ ਵਰਕ ਲੱਗਿਆ ਵਿੱਚ ਲਾਲ ਰੰਗ ਹੈ, ਇਹ ਲਾਲ ਰੰਗ ਵਿੱਚ ਖੁਰੇਗਾ ਲਾਲ ਕਰ ਦੇ। ਮੈਂ ਕਿਹਾ ਪੁੱਤਰ ਤੂੰ ਗਲਤ ਸਮਝਿਆ, ਜੇ ਇਹਦੇ 'ਚ ਲਾਲ ਰੰਗ ਹੋਵੇ ਇਹਨੂੰ ਮੈਂ ਪਾਣੀ 'ਚ ਪਾਈਏ ਇਹਦਾ ਰੰਗ ਕੈਸਾ ਹੋਣਾ ਚਾਹੀਦਾ? ਸਾਰੇ ਬੋਲੋ ਲਾਲ ਹੋਣਾ ਚਾਹੀਦਾ। ਸੱਚਾਈ ਤਜਰਬੇ ਦੀ ਮੁਹਤਾਜ, ਪਤਾ ਨਹੀਂ ਲੱਗਦਾ ਸੱਚ ਝੂਠ ਦਾ ਜਦ ਤੱਕ ਤਜਰਬਾ ਨਾ ਕੀਤਾ ਜਾਏ। ਸਾਰੇ ਨੌਜਵਾਨ ਤੇਰਾ ਗੌਰ ਨਾਲ ਵੇਖਣਾ, ਪਾਣੀ 'ਚ ਗੋਲੀ ਅਡਾਈ ਹੈ, ਪਾਣੀ ਲਾਲ ਹੋ ਗਿਆ, ਬੋਲੋ ਬੋਲੋ ਨਹੀਂ ਹੋਇਆ, ਮਲੂਮ ਹੋ ਗਿਆ ਇਹਦੇ 'ਚ ਲਾਲ ਰੰਗ ਨਹੀਂ। ਅਤੇ ਜਿਹੜਾ ਹੁਣ ਵੀ ਵੇਖ ਕੇ ਨਾ ਮੰਨੇ ਫਿਰ ਉਹ ਪਕਾਉਣੇ ਖਾਏ, ਟੂਈ ਵੀ ਕਰਾ ਵੀ ਸੁਨਤ ਹੈ। ਇਹ ਛੋਟੇ ਛੋਟੇ ਬੱਚੇ ਜਵਾਨ ਖਾਓ, ਇਹ ਸੜੇ ਖੂਨ ਨੂੰ ਜੇ ਗੋਲੀ ਸਾਫ਼ ਨਾ ਕਰੇ ਤਾਂ ਮੈਂ ਮੁਲਕ ਦਾ ਤਬੀਬ ਨਹੀਂ, ਅਤੇ ਜੇ ਜਲਿਆ ਖੂਨ ਫਿਰ ਜ਼ਿੰਦਾ ਹੋ ਜਾਏ। ਫਿਰ ਦਾਤ ਦੇ ਦਈਏ ਨੁਸਖਾ ਕੁਰਾਨ, ਹੁਣ ਦਾੜੀ ਵੀ ਮੈਂ ਹੀ ਲਾਵਾਂ, ਇਹ ਜਲੇ ਖੂਨ ਉੱਤੇ ਕੰਟਰੋਲ ਕਰ ਦੇ। ਲਓ ਜੀ ਲੈਣ ਵਾਲੇ ਬੰਦੇ ਲੈ ਚੁੱਕੇ ਨੇ, ਬਸ ਆਖਰੀ ਆਵਾਜ਼ ਹੈ, ਇਹਦੇ ਬਾਅਦ ਮੈਂ ਸਭ ਪਹਾਣੇ ਅਤੇ ਸਲਾਮ ਕਰਦਾ। ਪੰਜ ਕਿਲੋ ਇਹਦਾ ਬਦਲੇ, ਪਹਿਲੇ ਟੋਕਰੀ 'ਚ ਵੇਖੋ ਫਿਰ ਮੈਨੂੰ ਬਾਹਰ ਕੱਢਾਂ। ਕਹਿੰਦਾ ਵੀ ਕਾਕਾ ਇਹ ਸੱਪ ਦੀ ਸਲਾਮੀ ਵਹਾ, ਇਹ ਛੋਟੇ ਸੱਪ ਦਾ, ਤਾਂ ਕਿ ਬੰਦੇ ਖੁਸ਼ ਹੋ ਜਾਣ। ਕੋਈ ਬੰਦਾ ਇਹ ਨਾ ਕਹਿ ਕੇ ਬਾਪੀ ਦੀ ਚਿੱਟੀ ਦਾੜੀ ਇਹ ਝੂਠ ਹੋ ਗਏ। ਲਓ ਜੀ ਇਹ ਸਾਰੇ ਬੰਦੇ ਆ ਸਾਬਾ ਸਾਹਿਬ ਤੇ, ਲਓ ਜਿਹੜੇ ਬੰਦਿਆਂ ਨੇ ਦਵਾਈ ਲਈ ਹੈ ਸਿਰਫ ਦੂਹ ਲੱਭ ਕੇ ਦੱਸੇ, ਇਹਨਾਂ ਸੱਪਾਂ ਨੂੰ ਮਾਰ ਕੇ ਇਹਨਾਂ ਦੀਆਂ ਚਰਬੀਆਂ ਕੱਢ ਲਈ ਦੀਆਂ ਨੇ। ਇਹਦੀ ਚਰਬੀ ਲੱਖ ਰੁਪਏ ਦਾ ਕੰਮ ਕਰਦੀ ਹੈ, ਇਹਦੀ ਚਰਬੀ ਅਸੀਂ ਕੱਢ ਲੈਂਦੇ ਹਾਂ, ਵਿੱਚ ਇਹ ਜਾਨਵਰ ਦੀ ਚਰਬੀ ਪਾਈ ਦੀ ਹੈ। ਕੋਈ ਬੰਦਾ ਦੱਸ ਸਕਦਾ ਕਿਹੜਾ ਜਾਨਵਰ ਹੈ? ਤੁਸੀਂ ਤਾਂ ਕਿਹਾ ਨਾ ਸਾਡਾ, ਅਤੇ ਕੱਲ੍ਹ ਇੱਕ ਵਿੱਚ ਬੂਟੀਆਂ ਸਾੜੀ ਦੀਆਂ ਨੇ। ਇਹ ਸੰਨਿਆਸੀਆਂ ਦਾ ਕੰਮ ਹੈ, ਸੱਤਿਆਂ ਨਾਸੀਆਂ ਦਾ ਨਹੀਂ।